ਸੈਰ ਕਰਨ ਵਾਲੀਆਂ ਔਰਤਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲੈਣ। ਅੱਗੇ ਪਿੱਛੇ ਕਿਤੇ ਵੀ ਖੂਬਾਜ਼ ਲੁਕੇ ਹੋ ਸਕਦੇ ਨੇ ਜਾਂ ਪਿੱਛਾ ਕਰ ਰਹੇ ਹੋ ਸਕਦੇ ਨੇ। ਇਸ ਵੀਡੀਓ ਦੇ ਵਿੱਚ ਵੀ ਇਹੀ ਕੁਝ ਨਜ਼ਰ ਆਇਆ ਹੈ। ਸੈਰ ਕਰਦੀ ਇੱਕ ਔਰਤ ਦੇ ਪਿੱਛੇ ਇੱਕ ਖੂਬਾਜ਼ ਤੁਰਿਆ ਆਉਂਦਾ ਹੈ ਤੇ ਮੌਕਾ ਦੇ ਕੇ ਜੇ ਨੂੰ ਚਪੱਟਾ ਮਾਰ ਕੇ ਫਰਾਰ ਹੋ ਜਾਂਦਾ ਹੈ। ਔਰਤ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਇੱਕ ਖੂਬਾਜ਼ ਕੁਝ ਹੀ ਸਕਿੰਟਾਂ ਦੇ ਵਿੱਚ ਚੇਨ ਖੋ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਔਰਤ ਖੜੀ ਦੇਖਦੀ ਰਹਿ ਜਾਂਦੀ ਹੈ। ਇਹ ਵੀਡੀਓ ਮੰਡੀ ਗੋਬਿੰਦਗੜ੍ਹ ਦੀ ਹੈ, ਜਿੱਥੇ ਇੱਕ ਔਰਤ ਗਲੀ 'ਚ ਸੈਰ ਕਰ ਰਹੀ ਹੁੰਦੀ ਹੈ ਤਾਂ ਉਸਦੇ ਬਿਲਕੁਲ ਪਿੱਛੇ ਪਿੱਛੇ ਇੱਕ ਖੋਬਾਜ਼ ਤੁਰਿਆ ਆਉਂਦਾ ਹੈ, ਜਿਸ ਤੋਂ ਇਹ ਔਰਤ ਵੀ ਅਣਜਾਣ ਸੀ। ਖੋਬਾਜ਼ ਅੱਗੇ ਪਿੱਛੇ ਦੇਖਦਾ ਹੈ ਤੇ ਫਿਰ ਪਿੱਛੋਂ ਦੀ ਹੀ ਚੇਨ ਨੂੰ ਚਪੱਟਾ ਮਾਰਦਾ ਹੈ, ਪਰ ਚੇਨ ਨਹੀਂ ਉਤਰਦੀ। ਫਿਰ ਔਰਤ ਵੀ ਚੀਕਾਂ ਮਾਰਨ ਲੱਗ ਜਾਂਦੀ ਹੈ ਤੇ ਖੋਬਾਜ਼ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਪਰ ਕੁਝ ਸਕਿੰਟਾਂ ਦੇ ਵਿੱਚ ਇਹ ਖੋਬਾਜ਼ ਚੇਨ ਖੋ ਕੇ ਰਫੂ ਚੱਕਰ ਹੋ ਜਾਂਦਾ ਹੈ ਤੇ ਔਰਤ ਉੱਥੇ ਖੜੀ ਰੌਲਾ ਪਾਉਣ ਲੱਗ ਜਾਂਦੀ ਹੈ। ਵੀਡੀਓ ਤੋਂ ਜ਼ਾਹਰ ਹੈ ਕਿ ਖੋਬਾਜ਼ ਲੁਟੇਰੇ ਕਿਤੇ ਵੀ ਹੋ ਸਕਦੇ ਨੇ ਤੇ ਲੋਕਾਂ ਨੂੰ ਖੁਦ ਚੁੱਕਰਨੇ ਰਹਿਣ ਦੀ ਜ਼ਰੂਰਤ ਹੈ।